ਇਹਦਾ ਵੀ ਪੁੱਛਣਾ ਚਾਹੁੰਦੀ ਸੀ ਕਿ ਇਸ ਸੀਜ਼ਨ ਦੇ ਵਿੱਚ ਕਿੰਨੇ ਐਪੀਸੋਡਸ ਹੋਣਗੇ ਤੇ ਅਗਲੇ ਕਿੰਨੇ ਸੀਜ਼ਨ ਸੋਚ ਰਹੇ ਹੋ? ਇਹ ਪਹਿਲਾਂ ਸਗੋਂ ਸਾਨੂੰ ਇਹ ਨਹੀਂ ਉਮੀਦ ਸੀ ਕਿ ਇਹ ਚੱਲੂ ਕਰਕੇ ਹੁਣ ਅੱਗੇ ਤੱਕ ਪਹੁੰਚੇ। ਇਹ ਸਾਰਾ ਅਨਐਕਸਪੈਕਟਡ ਜਿਹਾ ਸੀ ਵੀ ਜਦੋਂ ਸਟਾਰਟ ਕਰ ਰਹੇ ਸੀ ਵੀ ਇਹ ਵੀ ਰਿਸਪੌਂਸ ਕਿੱਦਾਂ ਦਾ ਹੋ, ਪਰ ਹਾੜੇ ਆ ਗਿਆ ਪਰਮਾਤਮਾ ਕੋਈ ਗੱਲ ਨਹੀਂ। ਬਹੁਤ ਜਿਵੇਂ ਆਇਆ ਤੇ ਫਿਰ ਸਾਨੂੰ ਵੀ ਹੋਇਆ ਕਿ ਅਸੀਂ ਇੱਕ ਹੋਰ ਕਰੀਏ, ਡਾਇਰੈਕਟਰ ਸਾਹਿਬ ਜਿਵੇਂ ਹੋਇਆ ਕਿ 13 ਐਪੀਸੋਡ ਨਹੀਂ ਪਹਿਲੇ ਚ ਮਤਲਬ ਫਸਟ ਤੇ ਮੈਨੂੰ ਮਿਲ ਰਹੇ
ਰਹੇ ਨੇ ਕੋਈ ਕਹਿੰਦਾ ਯਾਰ ਤੁਸੀਂ ਹਫਤੇ ਚ ਛੱਡ ਕਰੋ ਨਹੀਂ ਮੈਨੂੰ ਤਾਂ ਕਹਿੰਦੇ ਕਿ ਡੇਲੀ ਸੋਪ ਚਲਾ ਦਿਓ ਤੁਸੀਂ ਹਾਂ ਐਕਚੁਅਲੀ ਜੇ ਇਹਨੂੰ ਡੇਲੀ ਸੋਪ ਬਣਾਇਆ ਜਾਂਦਾ ਨਾ ਹੀ ਫਿਰ ਅਸੀਂ ਸਾਰਾ ਟਾਈਮ ਕਲਾਸ ਚ ਬੈਠੇ ਰਹਿਣਾ ਸੀ ਉੱਥੇ ਹੀ ਅਸੀਂ ਉਹ ਫਿਰ ਉਹ ਨਹੀਂ ਹੁੰਦਾ ਜਿਵੇਂ ਇੱਕ ਤਰ੍ਹਾਂ ਸਲੋ ਮੋਸ਼ਨ ਦੇ ਵਿੱਚ ਕੁਦਰੇ ਕੈਮਰਾ ਦੁਆਰੇ ਦੁਆਰੇ ਚਲੀ ਜਾਂਦਾ ਕਰਨ ਕਰਨ ਲੱਕੀ ਲੱਕੀ ਉਹ ਕੁਛ ਕਰੀ ਜਾਣਾ ਸੀਗਾ ਅਸੀਂ ਉਹ ਚੱਲਣੀ ਨਹੀਂ ਸੀਗੀ ਕਿਉਂਕਿ ਬੋਰਿੰਗ ਮੰਨ ਦਿੰਦੇ ਅਸੀਂ ਤਾਂ ਫਿਰ ਮੈਨੂੰ ਤਾਂ ਐਂ ਲੱਗਦਾ ਭੱਜੇ ਹੀ ਆ ਅਸੀਂ ਫਿਰ ਤਾਂ ਲੈ ਕੇ ਵੀ ਬਸ ਘੱਟ ਤੋਂ ਘੱਟ ਰੱਖਿਆ ਲੋਕ ਈਵਨ ਦੋ ਮੈਨੂੰ ਸਭ ਤੋਂ ਵਧੀਆ ਕੰਪਲੀਮੈਂਟ ਜਿਹੜਾ ਪਹਿਲੇ ਐਪੀਸੋਡ 'ਚ ਇਹ ਮਿਲਿਆ ਵੀ ਬਾਈ ਸਾਨੂੰ 35 ਮਿੰਟ ਪਤਾ ਨਹੀਂ ਲੱਗੇ ਕਿੱਦਾਂ ਲੱਗਦਾ ਹੈ ਨਾ ਐਜ਼ ਅ ਡਾਇਰੈਕਟਰ ਉਹ ਬਹੁਤ ਵੱਡੀ ਗੱਲ ਹੈ ਲੋਕਾਂ ਨੂੰ ਮਤਲਬ ਕਿ ਉਹ ਗੱਲ ਹੀ ਅਜੇ ਸਾਂ ਐਂ ਸੀਗਾ ਕਿ ਫਸਟ ਐਪੀਸੋਡ ਦੇ ਵਿੱਚ ਜਿਹੜੇ ਆ ਕਿ ਕਰੈਕਟਰ ਜਿਹੜੇ ਆ ਉਹ ਦੱਸੇ ਗਏ ਨੇ ਕਿ ਆਹ ਨਾਮ ਹੈ ਇਹਨਾਂ ਨਾਮ ਹੈ ਅਤੇ ਅਜੇ ਉਸ ਤੋਂ ਬਾਅਦ ਸੈਕਿੰਡ ਐਪੀਸੋਡ 'ਚ ਸਟੋਰੀ ਸ਼ੁਰੂ ਹੋਣੀ ਆ ਅਤੇ ਸਾਨੂੰ ਪਹਿਲਾਂ ਹੀ ਮੈਸੇਜ ਆਉਣ ਲੱਗੇ ਕਿ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਨਹੀਂ ਇਨਫੈਕਟ ਜਿਹੜੇ ਤੁਸੀਂ ਆ ਗੈਪ ਰੱਖਦੇ ਹੋ ਨਾ ਜਿਹਨੇ ਐਕਸਾਈਟਮੈਂਟ ਬਣੀ ਰਹਿੰਦੀ ਕਿ ਨੈਕਸਟ ਕੀ ਹੋਗਾ ਨੈਕਸਟ ਕੀ ਹੋਗਾ ਬੰਦਾ ਹੋਰ ਕੀ ਕਰੇਗਾ ਸਾਨੂੰ ਮੈਸੇਜ ਆਉਂਦੇ ਰਹਿੰਦੇ ਮੈਸੇਜ ਉਹਨੇ ਜਿਹਨੂੰ ਐਪੀਸੋਡ ਤਿਆਰ ਕਰਨਾ ਇਹ ਕੁਛ ਮਤਲਬ ਮੈਸੇਜ ਇਦਾਂ ਪੁੱਛ ਰਹੇ ਨੇ ਵੀ ਲਾਸਟ ਹੈ ਇਦਾਂ ਜਿੱਥੇ ਐਂਡਿੰਗ ਹੁੰਦੀ ਉਹ ਸਟਿਮੂਲਸ ਜਿਹਾ ਹੁੰਦਾ ਵੀ ਜਨਤਾ ਨੂੰ ਵੀ ਅੱਗੇ ਕੀ ਹੋਊਗਾ ਵੀ ਉਹ ਸਟਿਮੂਲਸ ਹੈ ਇੱਕ ਤੇ ਉਹ ਆਪਾਂ ਇਹ ਮੈਂ ਤੁਹਾਨੂੰ ਡੈਫੀਨੇਸ਼ਨ ਹੈ ਸਟਿਮੂਲਸ ਨੇ ਐਕਸਪੈਕਟ ਨਹੀਂ ਕਰ ਸਕਦਾ ਇੰਗਲਿਸ਼ ਦਾ ਮੈਂ CBSE 10ਵੀਂ ਤੱਕ ਪੜ੍ਹਿਆ ਉਦੋਂ ਬਾਅਦ ਉਹ ਪੂਰਾ ਪੜ੍ਹਾ ਲਾਂਗੇ ਲੇਕਿਨ ਜਿਹੜੇ 2000 ਸ਼ਬਦ ਜੇ ਬੰਦਾ ਸਿੱਖ ਲੈਂਦਾ ਐਕਚੁਅਲੀ ਸਵੀਮਿੰਗ ਲਾਈਕ ਕੀ ਉਹ ਤੇ ਉਹੀ ਬੋਲਦਾ ਨਾ ਕਿੱਡੀ ਗੱਲ ਇੰਟਰਵਿਊ ਦੇ ਬੋਲਣ ਨੂੰ ਰੱਖਿਓ ਐਕਚੁਅਲੀ ਗੱਲ ਸਹੀ ਵਾ ਇੰਟਰਵਿਊ ਬੋਲਦਾ ਪਿਛਲੀ ਅੱਗੇ ਦਾ ਆਪਾਂ ਕਦੇ ਸੁਣਿਆ ਨਹੀਂ ਆਲਾ ਬਣੇ ਨਾ ਯਾਰ ਮੈਂ ਤੁਸੀਂ ਯੂ ਡਿਕਸ਼ਨਰੀ 'ਚ ਦੇਖ ਲਿਓ ਮਤਲਬ ਗੱਲ ਕੀ ਸੀ ਮੇਰੇ ਦਿਮਾਗ 'ਚ ਹਾਂ ਅਤੇ ਉਹ ਮੈਸੇਜ ਆ ਰਹੇ ਮਤਲਬ ਮੈਸੇਜ ਇੱਦਾਂ ਆ ਰਹੇ ਵੀ ਅੱਗੇ ਹੁਣ ਮਤਲਬ ਲਾਸਟ ਇੱਦਾਂ ਕਿ ਮੋਢੇ ਦੇ ਹੱਥ ਰੱਖਿਆ ਵੀ ਕਿਹਨੇ ਰੱਖਿਆ ਮੋਢੇ ਦੇ ਹੱਥ ਮੈਂ ਕਿਹਾ ਤੁਸੀਂ ਐਪੀਸੋਡ ਦੇਖੋ ਤੁਹਾਨੂੰ ਪਤਾ ਲੱਗੂ ਨਹੀਂ ਨਹੀਂ ਸਰ ਮਤਲਬ ਮੈਂ ਸੀਕਰੇਟ ਰੱਖੂੰਗਾ ਰੱਖੂੰਗਾ ਵੀ ਮੈਂ ਦੱਸ ਦਿਓ ਪਲੀਜ਼ ਮੈਂ ਕਿਹਾ ਫਿਰ ਚਲੋ ਜਦੋਂ ਜਿੱਦ ਜੀ ਕਰੀ ਜਾਂਦੇ ਨੇ ਮੈਂ ਕਿਹਾ ਵੀ ਉਹ ਅੱਗੇ ਅਸੀਂ ਹੋਰਰ ਸ਼ੁਰੂ ਕਰ ਰਹੇ ਹਾਂ ਭੂਤ ਸੀ ਫਿਰ ਉਹ ਇੰਨੀ ਕਰੋਸਟੀ ਅਸੀਂ ਦੇਖ ਸਕਦੇ ਹਾਂ ਆਡੀਅੰਸ ਦਾ ਇੰਨਾ ਰਿਸਪੋਂਸ ਉਹਦੇ ਬਾਅਦ ਮੈਨੂੰ ਮੈਸੇਜ ਆਇਆ ਕਿ ਆਈ ਥਿੰਕ ਉਹ ਏਕਮ ਦਾ ਹੱਥ ਹੈ ਕਿਉਂਕਿ ਫਲਾਣੇ ਦਾ ਹੱਥ ਹੈ ਤਿਕੜੇ ਦਾ ਹੱਥ ਹੈ ਕਿਉਂਕਿ ਅਸੀਂ ਨੇ ਉਹਦੇ ਉਹ ਪਿਛਲੇ ਐਪੀਸੋਡ 'ਚ ਉਹਦੇ ਹੱਥ 'ਚ ਰਿੰਗ ਦੇਖੀ ਮਤਲਬ ਇੰਨਾ ਬਰੀਕੀ ਨਾਲ ਨੋਟਿਸ ਕਰ ਰਹੇ ਨੇ ਵੀ ਉਹ ਹੱਥ ਦੇ ਉਹ ਸਾਰਾ ਕਿੱਥੋਂ ਕਿਤੇ ਕਿਹੜੇ ਕਿਹਦੇ ਕਿਹੜੇ ਕਰੈਕਟਰ ਦਾ ਇਹਦਾ ਗੈਸ ਲਾ ਰਹੇ ਨੇ ਵੀ ਜੇ ਆਪ ਦੱਸਦੇ ਨਹੀਂ ਯਾਰ ਉਹ ਸੀ ਮੈਂ ਨਹੀਂ ਖੜ ਜਾਊਂਗਾ ਖੜ ਜਾਊਂਗਾ ਤੇ ਮੈਨੂੰ ਵੀ ਕਿਸੇ ਨੇ ਪੁੱਛਿਆ ਮੈਂ ਤਾਂ ਉਹੀ ਕਿਹਾ ਤਾਂ ਮੈਂ ਕਿਹਾ ਉਹ ਯਾਰ ਐਕਚੁਅਲੀ ਨਾ ਇੱਕ ਬੰਦੇ ਦਾ ਹੱਥ ਰੱਖਿਆ ਸੀ ਅਤੇ ਉਹ ਕਹਿੰਦਾ ਕਿ ਕੌਣ ਭਾਈ ਦੀ ਲਾਲੀ ਉਹ ਕਹਿੰਦਾ ਹਾਂ ਮੈਂ ਲਾਲੀ ਹਾਂ ਤੁਸੀਂ ਉਹ ਕਸੂਤੀ ਡਿਗਰੀ ਵਾਲੇ ਹੋ ਹਾਂਜੀ ਅਤੇ ਕਹਿੰਦਾ ਬਾਈ ਫਿਰ ਮੈਂ ਫੋਟੋ ਖਿਚਾਉਣੀ ਮੈਂ ਕੰਟਰੋਲ ਰੂਮ ਦੇ ਬਾਹਰ ਉਹਨੇ ਫੋਟੋ ਖਿਚਾਉਣੀ ਅੱਛਾ ਸਾਨੂੰ ਨਾ ਤੁਹਾਡੇ ਸਾਰਿਆਂ ਤੋਂ ਕੁਛ ਕਹਿਤਾਂ ਨੇ ਪਰ ਇਹ ਸ਼ਿਕਾਇਤਾਂ ਦੱਸਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਆਪਣੇ ਕੈਰੇਕਟਰ 'ਚ ਆਉਣਾ ਪਊਗਾ ਠੀਕ ਹੈ ਅਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਲੱਕੀ ਅਤੇ ਲਾਲੀ ਤੋਂ ਤੁਹਾਨੂੰ ਤੁਸੀਂ ਦੋਵੇਂ ਟੀਚਰਾਂ ਮੈਨੂੰ ਵੀ ਨਹੀਂ ਛੱਡਦੇ ਮਤਲਬ ਇੱਕ ਜਣਾ ਹੈਕ ਕਰੀ ਜਾਂਦਾ ਫੋਨ ਦੂਜਾ ਮੈਡਮ ਦੇ ਪਿੱਛੇ ਪਿਆ ਹੋਇਆ ਤੁਸੀਂ ਕਾਲਜ ਪੜ੍ਹਨ ਜਾਂਦੇ ਹੋ ਕਿ ਆਹ ਸਭ ਕਰਨ ਜਾਂਦੇ ਹੋ ਇਸੇ ਬਾਰੇ ਕਾਲਜ ਚੱਲ ਜਾਈਦਾ ਅਤੇ ਹੈਕਰਾਂ ਹੁਕਰਾਂ ਦਾ ਇਹ ਗੱਲ ਜੀ ਉਹ ਕਿਉਂਕਿ ਕੰਮ ਇਹ ਹੈ ਵੀ ਨਸ਼ਾ ਪਤਾ ਕਰ ਲਿਆ ਤਾਂ ਲੋਰ 'ਚ ਜਾ ਬੈਠਿਆ ਬੰਦਾ ਕਲਾਸ 'ਚ ਸੌਂ ਗਿਆ ਇੰਨਾ ਪੜ੍ਹਨ ਪੁੜਨਾ ਨਹੀਂ ਇੱਕ ਇੱਕ ਕੰਮ ਆਉਂਦਾ ਹੈਕਿੰਗ ਅਜੇ ਸਟਾਰਟ ਜਦੋਂ ਹੁੰਦਾ ਤਾਂ ਐਂਟਰੀ ਤੋਂ ਤੁਸੀਂ ਮਤਲਬ ਜਦੋਂ ਬੁੱਕ ਆਉਂਦੀ ਉਹ ਸ਼ਹੀਦ ਦੀ ਗੱਲ ਹੈ ਅਤੇ ਸ਼ਹੀਦੀ ਇਸ ਚੀਜ਼ 'ਚ ਤਾਂ ਨਹੀਂ ਪਾਉਣੀ ਨਸ਼ੇ ਕਰਕੇ ਉਹ ਚਾਦੀ ਜੀ ਦੇਖ ਪਾਵਾਂਗੇ ਪਰ ਇਹ ਹੈ ਵੀ ਟੀਚਰ ਦਾ ਉਹ ਮਤਲਬ ਜੇ ਸਟਾਰਟ 'ਚ ਦਿਖਾਇਆ ਵੀ ਹੈਕਰ ਐਂ ਬੰਦ ਕਰਦਾ ਜੇਕਰ ਅਸੀਂ ਜਦੋਂ ਨਸ਼ੇ 'ਚ ਹੁੰਦਾ ਬੰਦਾ ਉਹ ਆਪਦੀ ਲੋਰ ਹੈ ਨਜ਼ਾਰੇ ਨੇ ਅਸੀਂ ਗੱਲ ਕਰ ਰਹੇ ਹਾਂ ਜਸ ਨਾਲ ਟੀਚਰ ਟੂਚਰ ਕੌਣ ਹੁੰਦਾ ਵਿੱਚ ਪੰਗੇ ਐਡੀ ਗੱਲ ਨਹੀਂ ਦੋ ਚਾਰ ਸਾਲ ਸੀਨੀਅਰ ਹੋਊਗਾ ਕਿੱਡੀ ਗੱਲ ਜਸ ਤੇ ਏਕਮ ਤੁਸੀਂ ਦੋਨੋਂ ਇੰਨੇ ਟੈਲੈਂਟਡ ਹੋ ਤੇ ਇੱਕ ਹਮੇਸ਼ਾ ਜਸ ਦੇ ਗਾਣਿਆਂ ਨੂੰ ਬੁਰਾ ਕਹਿੰਦਾ ਰਹਿੰਦਾ ਤੁਸੀਂ ਦੋਨੋਂ ਇਕੱਠੇ ਇੱਕ ਸਿੰਗਲ ਟਰੈਕ ਕਿਉਂ ਨਹੀਂ ਕੱਢ ਲੈਂਦੇ ਇਕੱਠੇ ਇਕੱਠੇ ਨਹੀਂ ਮੈਂ ਇਕੱਲਾ ਹੀ ਕੱਢੂ ਇੰਨਾ ਕੰਪੀਟੀਸ਼ਨ ਇਕੱਲਾ ਇਕੱਲਾ ਹੁੰਦਾ ਜੀ ਮੈਂ ਦੇਖ ਲਓ ਨਾਲੇ ਇਕੱਲਾ ਜਿੱਤ ਕੇ ਵੀ ਦਿਖਾਉਂਦਾ ਆਵਾਜ਼ ਜਿਹੜਾ ਹੁੰਦਾ ਇੰਨੀ ਸੋਹਣੀ ਕੁੜੀ ਤੇ ਇੱਕ ਇੰਨਾ ਵਧੀਆ ਗੱਭਰੂ ਪੰਜਾਬੀ ਜਵਾਨ ਤੇ ਬਾਡੀ ਬਿਲਡਰ ਵੀ ਉੱਤੋਂ ਪੜਾਕੂ ਵੀ ਤਾਂ ਕਿਉਂ ਨੀ ਤੁਸੀਂ ਸੋਚਦੇ ਨਾਲੇ ਨਾਲੇ ਸੈਟਿੰਗ ਕਰ ਲਿਆ ਕਰੋ ਇੱਕ ਵਾਰ ਤੂੰ ਫਸਟ ਆ ਗਿਆ ਇੱਕ ਵਾਰ ਮੈਂ ਪਰਚੀਆਂ ਫੜੀ ਜਾਂਦੀ ਆ ਥੋੜਾ ਸਸਪੈਂਸ ਰਹੇ ਬੈਟਰ ਹੈ ਪਰ ਇਹਦੇ ਵਿੱਚ ਵੀ ਬਹੁਤ ਕੁਛ ਹੈ ਉਹ ਅੱਗੇ ਪਤਾ ਲੱਗੇਗਾ
ਸੋ ਹੁਣ ਕੀਰਤ ਸੋਚ ਰਹੀ ਹੋਣੀ ਕਿ ਹੁਣ ਮੇਰੀ ਵਾਰੀ ਹੈ ਪਰ ਸਾਨੂੰ ਤੁਹਾਡੇ ਨਾਲ ਕੋਈ ਸ਼ਿਕਾਇਤ ਨਹੀਂ ਹੈ ਸਾਨੂੰ ਸ਼ਿਕਾਇਤ ਹੈ ਰੂਪ ਦੇ ਨਾਲ ਪਰ ਇਹ ਜਿਹੜੀ ਤੁਹਾਡੇ ਨਾਲ ਸ਼ਿਕਾਇਤ ਹੈ ਪਰ ਤੁਸੀਂ ਜਵਾਬ ਮੰਗੋਗੇ ਇਸ ਚੀਜ਼ ਦਾ ਕਿ ਇੰਨੀ ਵਧੀਆ ਕੁੜੀ ਹੈ ਕਿ ਜੀਨਾ ਸ਼ੀਨਾ ਵਾਲੀ ਕੁੜੀਆਂ 'ਚ ਰੱਖਿਆ ਇੰਨੀ ਸੋਹਣੀ ਮੁਟਿਆਰ ਹੈ ਸਾਡੀ ਇਹਦੇ 'ਚ ਕੀ ਪ੍ਰੋਬਲਮ ਹੈ ਦੇਖੋ ਬੰਦਾ ਜਦੋਂ ਮੈਂ ਤਾਂ ਇਹ ਕਹੂੰਗੀ ਵੀ ਬੰਦਾ ਜਿੱਥੇ ਮਰਜ਼ੀ ਘੁੰਮ ਲਿਆ ਆ ਕੇ ਤਾਂ ਘਰੇ ਵੜਦਾ ਜੀ ਐਂ ਆ ਗੱਲ ਵੀ ਜਦੋਂ ਸਕੂਲ 'ਚ ਪੜ੍ਹਦੇ ਹਾਂ ਨਾ ਸਕੂਲ 'ਚ ਬਹੁਤ ਕੁਛ ਸਿੱਖਣ ਨੂੰ ਮਿਲਦਾ ਵੀ ਟੀਚਰ ਸਿਖਾਉਂਦੇ ਆ ਵੀ ਆਹ ਚੰਗਾ ਆਹ ਮਾੜਾ ਫਿਰ ਘਰੋਂ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਆਂਢੀਆਂ ਗੁਆਂਢੀਆਂ ਤੋਂ ਫਿਰ ਬੰਦਾ ਨਿਕਲ ਕੇ ਯੂਨੀਵਰਸਿਟੀ ਆ ਜਾਂਦਾ ਯੂਨੀਵਰਸਿਟੀ ਮੀਡੀਆ ਲਾਈਨ 'ਚ ਆ ਜਾਂਦਾ ਟੀ ਵੀ ਫਿਲਮ ਪ੍ਰੋਡਕਸ਼ਨ 'ਚ ਆ ਜਾਂਦਾ ਫਿਰ ਉੱਥੇ ਤੀਜੇ ਸਮੈਸਟਰ 'ਚ ਚੌਥੇ ਸਮੈਸਟਰ ਜਾ ਕੇ ਇੱਕ ਰੈਪੀ ਜਵਾਨ ਨਾਮ ਦਾ ਡਾਇਰੈਕਟਰ ਮਿਲ ਫਿਰ ਉਹ ਤੁਹਾਨੂੰ ਇੱਕ ਸਕ੍ਰਿਪਟ ਫੜਾਉਂਦਾ ਵੀ ਇਹ ਤੋਂ ਬਾਹਰ ਨਹੀਂ ਜਾਣਾ ਫਿਰ ਉਹੀ ਆ ਜੀ ਸਾਰੀ ਗੱਲ ਨਹੀਂ ਹੁਣ ਤਾਂ ਆਫਸੈਟ ਵੀ ਇਸ ਤੋਂ ਬਾਹਰ ਤੂੰ ਗਿਆ ਹੀ ਨਹੀਂ ਬਹੁਤ ਮਤਲਬ ਕੇਅਰਿੰਗ ਆ ਹੈ ਨਾ ਜਿੱਦਾਂ ਮਤਲਬ ਇਹਦਾ ਕੈਰੈਕਟਰ ਸੀਰੀਜ਼ ਦੇ ਵਿੱਚ ਹੈਗਾ ਉਹ ਤੋਂ ਬਿਲਕੁਲ ਡਿਫਰੈਂਟ ਹੈ ਰੀਅਲ ਲਾਈਫ ਦੇ ਵਿੱਚ ਨਰਮ ਚ ਅੱਛਾ ਲੋਕਾਂ ਨੂੰ ਪਤਾ ਚੱਲ ਜਾਏਗੀ ਹੁਣ ਗੰਦੇ ਕਮੈਂਟਸ ਨਹੀਂ ਕਹਿਣੇ ਵਧੀਆ ਮੁੰਡਾ ਮਾੜਾ ਨਹੀਂ ਹੈ ਲੋਕ ਮੈਨੂੰ ਕੀ ਕਰਨਗੇ ਮੈਨੂੰ ਭੇਜਦੇ ਨੇ ਮਤਲਬ ਜਿੱਦਾਂ ਕੋਈ ਵੀ ਗੱਲ ਹੁੰਦੀ ਹੈ ਜਿੱਦਾਂ ਅਗਲੀ ਸੀਰੀਜ਼ ਦੇ ਵਿੱਚ ਕੁਛ ਵੀ ਨਵਾਂ ਸਸਪੈਂਸ ਆਇਆ ਕਿਸੇ ਨਵੀਂ ਐਂਟਰੀ ਹੋਈ ਕਿਸੇ ਕੁੜੀ ਦੇ ਪਿੱਛੇ ਫਿਰ ਰਿਹਾ ਰੂਪ ਤਾਂ ਮੈਨੂੰ ਫੋਟੋ ਖਿੱਚ ਕੇ ਆਹ ਦੇਖ ਲਓ ਰੂਪ ਕੀ ਕਰ ਰਿਹਾ ਮੈਨੂੰ ਮੈਸੇਜਿਸ ਆਉਂਦੇ ਹੈ ਡਾਇਰੈਕਟਰ ਸਾਹਿਬ ਤੁਸੀਂ ਇਹ ਦੱਸੋ ਕਿ ਇੰਨੇ ਹੈ ਨਾ ਤੁਸੀਂ ਡਿਫਰੈਂਟ ਡਿਫਰੈਂਟ ਕੈਰੈਕਟਰਸ ਤਾਂ ਪਾਤੇ ਇਹਦੇ ਅੰਦਰ ਅਤੇ ਕਿਹੜੇ ਕੈਰੈਕਟਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ ਮੈਂ ਇੱਧਰ ਬੰਨਾ ਜਾਂਦੇ ਹੋਣ ਕੈਰੈਕਟਰ ਤਾਂ ਜੀ ਦੇਖੋ ਹੁਣ ਸਾਰੇ ਕਿਤੋਂ ਨਾ ਕਿਤੋਂ ਆਏ ਤਾਂ ਹੈਗੇ ਨੇ ਨਹੀਂ ਪਰ ਤੁਸੀਂ ਕਿਹਦੇ 'ਚ ਬੇਸ ਦੇਖਦੇ ਹੋ ਆਪਣਾ ਕਿਰਤ ਕਿਉਂਕਿ ਕੁਛ ਕੁਛ ਪਾਰਟ ਮਤਲਬ ਆਪਣਾ ਹੁੰਦਾ ਹੀ ਹੈ ਨਾ ਸਾਰੇ ਕਰੈਕਟਰਾਂ 'ਚ ਕੁਛ ਕੁਛ ਚੀਜ਼ਾਂ ਹੈਗੀਆਂ ਨੇ ਜਿਵੇਂ ਇਹਦੀ ਸਟੋਰੀ 'ਚ ਵੀ ਕੁਛ ਹੈਗਾ ਮੇਰੀ ਸਟੋਰੀ 'ਚੋਂ ਸੁਦੀਪ ਦੀ ਸਟੋਰੀ 'ਚ ਵੀ ਹੈਗਾ ਉਹ ਵੱਖਰੀ ਗੱਲ ਹੈ ਵੀ ਮੈਂ ਇਹਦੇ ਵਰਗਾ ਹੈ ਨਹੀਂ ਹੈ ਨਹੀਂ ਅਤੇ ਐਕਟਰ ਫੇਸ ਹੈ ਨਹੀਂ ਫਿਰ ਆਪਣਾ ਫਿਰ ਮੈਂ ਫਿਰ ਉਹ ਜਿੰਨਾ ਕੁਛ ਆਪ ਕਰਨਾ ਹੁੰਦਾ ਫਿਰ ਮੈਂ ਇਹਨਾਂ ਤੋਂ ਹੀ ਕਰਾ ਦਿੰਦਾ ਡਾਇਰੈਕਟਰ ਕਹਿਣ ਦੇ ਤੁਹਾਨੂੰ ਨਹੀਂ ਡਾਇਰੈਕਟ ਇਹ ਐਕਚੁਅਲੀ ਇੱਕ ਗੱਲ ਇਹ ਕਹਿਣ ਵਾਲੀ ਹੈ ਕਿ ਇਹ ਡਾਇਰੈਕਟਰ ਉੱਤੋਂ ਰਾਈਟਰ ਵੀ ਇਹ ਨੇ ਪ੍ਰੋਡਿਊਸਰ ਵੀ ਇਹ ਨੇ ਤੈਨੂੰ ਪੇਟੀਐਮ ਹੋ ਗਿਆ ਤਾਂ ਗੱਲ ਬਾਤ ਚਲੋ ਪ੍ਰੋਡਿਊਸਰ ਛੱਡ ਡਾਇਰੈਕਟਰ ਡਾਇਰੈਕਟਰ ਐਂਡ ਬੈਸਟ ਡਾਇਰੈਕਟਰ ਇਹ ਗੱਲ ਕਹਿ ਸਕਦੇ ਹਾਂ ਇਹ ਬੈਸਟ ਡਾਇਰੈਕਟਰ ਜਾਇਦ ਹੀ ਹੈ ਇਹ ਗੱਲ ਦੇਖੋ ਜੋ ਵੀ ਹੈ ਬਹੁਤ ਵਧੀਆ ਹੈ ਬੈਸਟ ਡਾਇਰੈਕਟਰ ਬੈਸਟ ਹੈ ਇੱਕੋ ਗੱਲ ਹੀ ਹੈ ਬਸ ਇਹੀ ਜਿਹੜੀ ਸਾਨੂੰ ਡਾਇਰੈਕਟਰ ਨੂੰ ਥੋੜਾ ਜਿਹਾ ਥੱਲੇ ਕਰ ਦਿੰਦੀ ਹੈ ਸਾਨੂੰ ਉੱਪਰ ਕਰ ਦਿੰਦੀ ਹੈ ਪੇਮੈਂਟ ਵਾਲੀ ਅਦਰਵਾਇਜ਼ ਤਾਂ ਹਮੇਸ਼ਾ ਡਾਇਰੈਕਟਰ ਹੀ ਜੂਨ ਦੇ ਮਹੀਨੇ 'ਚ ਕਸ਼ਮੀਰ ਨਹੀਂ ਸਾਡੀ ਕੋਲ